ਲੋਕਾਂ ਪਿੱਛੇ ਹੁੰਦੀ ਆ ਮਨੀਰ ਭਾਰੇ ਦੀ ਤੇ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ। ਇੱਕ ਵਾਰੀ ਮੇਰੇ ਬਾਪੂ ਲਈ ਵੀ ਤਾੜੀ ਮਾਰ ਦੋ ਬਾਈ ਸਾਹਿਬ। ਇੰਨੀ ਸਿਹਤ ਨਹੀਂ ਠੀਕ ਹੁੰਦੀ ਪਰ ਫਿਰ ਵੀ ਹਰੇਕ ਥਾਂ ਆਉਣਾ ਮੇਰੇ ਨਾਲ, ਕਿਉਂਕਿ ਸਾਰੀ ਦੁਨੀਆ ਘੁੰਮ ਫਿਰ ਕੇ ਦੇਖ ਲਈ, ਇਹੋ ਜਿਹਾ ਯਾਰ ਨਹੀਂ ਮਿਲਿਆ ਮੈਨੂੰ ਜੋ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ, ਮੁੱਲ ਮੋੜਨਾ ਚਾਹੁੰਦਾ ਤੇਰਿਆਂ ਧੌਲਿਆਂ ਦਾ, ਹਨਾ ਸਾਰੀ ਉਮਰ ਤੋਂ ਬਾਪੂ ਮੇਰਾ ਕਰਿਆ ਹੈ। ਜਿੰਨੀ ਦਿੱਤੀ ਰੱਬ ਨੇ ਆ ਕੱਦੂ ਤੋੜਨਾ, ਗੱਲੀ ਬਾਤੀ ਇੱਥੇ ਸਾਨੂੰ ਬੜੇ ਮਾਰਦੇ ਆ, ਵੈਰੀਆਂ ਦੀ ਦੁਨੀਆ ਚ ਕੱਲਾ ਘੁੰਮਦਾ, ਪਿੱਛੇ ਪਿੱਛੇ ਨਾ ਛੱਡੇ ਮੇਰਾ ਪੱਲਾ, ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ, ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ। ਗਿਆਨ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਸਿੱਧੂ ਮੂਸੇਵਾਲੇ ਬਾਰੇ ਇੱਕ ਸਪੈਸ਼ਲ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਇਸ ਲਈ ਵੀਡੀਓ ਦੇਖ ਰਹੇ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ, ਵੀਡੀਓ ਨੂੰ ਹੁਣੇ ਚਲਦੀ ਚਲਦੀ ਲਾਈਕ ਅਤੇ ਸ਼ੇਅਰ ਕਰ ਦਿਓ, ਅਤੇ ਨਾਲ ਹੀ ਜਿਹੜੇ ਦੋਸਤ ਨਵੇਂ ਹਨ ਉਹ ਵੀ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ 'ਤੇ ਕਲਿੱਕ ਕਰਕੇ ਆਲ 'ਤੇ ਸਿਲੈਕਟ ਕਰ ਲਓ, ਤਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ, ਅਤੇ ਨਾਲ ਹੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਸੋ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਵੱਧਦੇ ਅੱਜ ਦੇ ਮੁੱਦੇ ਵੱਲ। ਦੋਸਤੋ, ਸਿੱਧੂ ਮੂਸੇਵਾਲੇ ਦੀ ਕਲਮ ਅਤੇ ਉਹਨਾਂ ਦੀ ਆਵਾਜ਼ ਦੇ ਨਾਲ ਨਾਲ ਉਹਨਾਂ ਦੇ ਫੈਨ ਪ੍ਰਤੀ ਪਿਆਰ ਕਰਕੇ ਤਾਂ ਲੋਕ ਉਹਨਾਂ ਦੀ ਬਹੁਤ ਜ਼ਿਆਦਾ ਫੈਨ ਫੋਲੋਇੰਗ ਵੱਧ ਚੁੱਕੀ ਹੈ, ਜੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਜਦੋਂ ਪਿੰਡ ਨਹੀਂ ਹੁੰਦਾ, ਉਹਨਾਂ ਦੇ ਫੈਨਸ ਉਹਨਾਂ ਨੂੰ ਮਿਲਣ ਦੇ ਲਈ ਆਉਂਦੇ ਨੇ, ਜਾਂ ਫਿਰ ਜਦੋਂ ਸਿੱਧੂ ਮੂਸੇਵਾਲਾ ਘਰ ਹੋਣ ਵੀ, ਤਾਂ ਜ਼ਿਆਦਾਤਰ ਫੈਨਸ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਨਾਲ ਫੋਟੋ ਜ਼ਰੂਰ ਕਰਵਾਉਂਦੇ ਨੇ। ਅਤੇ ਦੋਸਤੋ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਜਿੱਥੇ ਸਿੱਧੂ ਮੂਸੇਵਾਲਾ ਆਪਣੇ ਲਾਈਵ ਸ਼ੋਜ਼ ਅਤੇ ਇੰਟਰਵਿਊ ਦੇ ਵਿੱਚ ਆਪਣੇ ਫੈਨਸ ਨੂੰ ਇਹ ਗੱਲ ਜ਼ਰੂਰ ਕਹਿੰਦਾ ਕਿ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ, ਉੱਥੇ ਹੀ ਸਿੱਧੂ ਮੂਸੇਵਾਲੇ ਨੇ ਇੱਕ ਅਜਿਹਾ ਸਟਾਰ ਹੈ ਜਿਨ੍ਹਾਂ ਦੇ ਪਿਤਾ ਨੂੰ ਵੀ ਹਰ ਕੋਈ ਚੰਗੀ ਤਰ੍ਹਾਂ ਜਾਣਦਾ, ਜਾਂ ਫਿਰ ਕਹਿ ਸਕਦਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੇ ਸਟਾਰ ਹਨ ਜਿਨ੍ਹਾਂ ਦੇ ਨਾਲ ਹਰ ਕੋਈ ਸੈਲਫੀ ਲੈਣਾ ਚਾਹੁੰਦਾ ਹੈ। ਅਤੇ ਅੱਜ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੋਈ ਵੀ ਅਜਿਹਾ ਸਿੰਗਰ ਜਾਂ ਐਕਟਰ ਜਾਂ ਕੋਈ ਕਲਾਕਾਰ ਨਹੀਂ ਹੋਇਆ ਜਿਸ ਨੇ ਆਪਣੀ ਕਲਾ ਦੇ ਨਾਲ ਨਾਲ ਆਪਣੇ ਪਿਤਾ ਨੂੰ ਵੀ ਸਟਾਰ ਬਣਾ ਦਿੱਤਾ ਹੋਵੇ। ਦੋਸਤੋ, ਤੁਸੀਂ ਇਸ ਮਸਲੇ 'ਤੇ, ਇਸ ਟੌਪਿਕ 'ਤੇ ਕੀ ਕਹੋਗੇ, ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਅਜਿਹਾ ਹੋਰ ਸਟਾਰ ਹੈ ਜਿਸ ਨੇ ਆਪਣੀ ਕਲਾ ਦੇ ਨਾਲ ਨਾਲ ਆਪਣੇ ਫਾਦਰ ਜਾਂ ਆਪਣੇ ਘਰ ਦੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਵੀ ਬਿਨਾਂ ਕਿਸੇ ਕਲਾ ਦੇ ਕਿਸੇ ਆਰਟ ਦੇ ਕਲਾਕਾਰ ਸਟਾਰ ਬਣਾ ਦਿੱਤਾ ਹੋਵੇ, ਤਾਂ ਉਸਦਾ ਨਾਮ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ। ਅਤੇ ਜੇਕਰ ਸਿੱਧੂ ਮੂਸੇਵਾਲੇ ਦੀ ਇਸ ਗੱਲ ਕਰਕੇ ਤੁਸੀਂ ਉਹਨਾਂ ਦੇ ਫੈਨ ਹੋ, ਤਾਂ ਕਮੈਂਟਾਂ ਦੇ ਵਿੱਚ ਮੂਸੇਵਾਲੇ ਜੱਟ ਜਿੰਦਾਬਾਦ ਜ਼ਰੂਰ ਲਿਖ ਕੇ ਜਾਣਾ। ਸੋ ਆਓ ਜਾਂਦੇ ਜਾਂਦੇ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲੇ ਦੇ ਲਾਈਵ ਸ਼ੋਅ ਦੇ ਇਸ ਵੀਡੀਓ ਕਲਿੱਪ 'ਤੇ। ਜੋ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ, ਮੁੱਲ ਮੋੜਨਾ ਚਾਹੁੰਦਾ ਤੇਰਿਆਂ ਧੌਲਿਆਂ ਦਾ, ਹੁਣ ਸਾਰੀ ਉਮਰ ਤੋਂ ਬਾਪੂ ਮੇਰਾ ਕਰਿਆ ਹੈ, ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਯਾਰ ਰੌਲਿਆਂ ਦਾ। ਜਿਹਨੂੰ ਡਿੱਗਦੇ ਟਹਿੰਦੇ ਨੂੰ ਲੋਕੀ ਟਿੱਚਰਾਂ ਕਰਦੇ ਸੀ, ਅੱਜ ਪਰਬਤ ਵਾਂਗੂ ਛਾਤੀ ਤਣ ਖਲੋ ਗਿਆ ਹੈ, ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ, ਪੁੱਤ ਤੇਰਾ ਹੁਣੇ ਇੰਨੇ ਜੋਗਾ ਹੋ।